ਕੁਛ ਨਹੀਂ ਹੋਇਆ, ਬਸ ਇਹ ਸੀ ਕਿ ਮੈਨੂੰ ਲੈਣ ਵੀ ਆਉਂਦਾ ਹੁੰਦਾ, ਛੱਡਣ ਵੀ ਜਾਂਦਾ ਹੁੰਦਾ ਸੀ। ਇੱਦਾਂ ਦੀ ਨਹੀਂ ਸੀ, ਉਸ ਦਿਨ ਆਇਆ ਬਟ ਇਹਨੇ ਮੈਨੂੰ ਫੋਨ ਨਹੀਂ ਕੀਤਾ। ਬਾਹਰ ਆਣ ਕੇ ਖੜਾ ਹੋ ਗਿਆ, ਜਿੱਦਾਂ ਹੀ ਇਹ ਖੜਾ ਹੋਇਆ ਬਸ ਇਹਨੇ ਐਕਟਿਵਾ ਘੁਮਾ ਕੇ ਹੀ ਲਗਾਈ ਤਾਂ ਪਿੱਛੇ ਆਣ ਕੇ ਉਹਨਾਂ ਨੇ ਮਾਰਿਆ, ਜਿਹਦੇ ਵਿੱਚ ਮੇਰਾ ਭਰਾ ਵੀ ਸੀ ਹੈਰੀ, ਤਾਂ ਕਾਫੀ ਸਾਰੇ ਮੁੰਡੇ ਸੀਗੇ ਉਹਨਾਂ ਦਾ। ਹਾਂ, ਮੇਰਾ ਸਖਾ ਭਰਾ ਸੀ ਹੈਰੀ, ਮੇਰੇ ਤੋਂ ਛੋਟਾ, ਅਤੇ ਉਹਨੇ ਪੈਂਦੇ ਸੱਟੇ ਆਣ ਕੇ ਸਿਰ ਦੇ ਵਿੱਚ ਮਾਰਿਆ, ਜਦੋਂ ਬਾਹਰੋਂ ਅੰਦਰ ਨੂੰ ਆਇਆ ਤਾਂ ਅੰਦਰ ਵੀ ਜਦੋਂ ਆਇਆ ਅੰਦਰ ਡਿੱਗ ਗਿਆ ਤਾਂ ਕਿੰਨਾ ਹੀ ਮਾਰਿਆ ਇਹਨੂੰ, ਬਾਕੀਆਂ ਨੇ ਮੂੰਹ ਬੰਨੇ ਸੀ ਉਹ ਨਹੀਂ ਮੈਂ ਦੇਖ, ਤਾਂ ਮਾਰਨ ਹੀ ਆਏ ਸੀ ਆਪਣੇ ਵੱਲੋਂ, ਕਹਿੰਦੇ ਜਿਹੜਾ ਵੀ ਇਹਦਾ ਸਾਥ ਦਊਂਗਾ ਅਸੀਂ ਉਹ ਵੀ ਨਹੀਂ ਛੱਡਣਾ, ਕਿ ਹਜੇ ਮਰਿਆ ਨਹੀਂ ਆ ਅਸੀਂ ਮਾਰ ਕੇ ਹੀ ਛੱਡਣਾ। ਬਿਲਕੁਲ, ਅਸੀਂ ਸਾਡਾ ਅਗਲਾ ਕੁਐਸਚਨ ਵੀ ਇਹੀ ਸੀਗਾ ਵੀ ਮਾਰਨ ਤੋਂ ਬਾਅਦ ਲਗਾਤਾਰ ਉਹਨਾਂ ਵੱਲੋਂ ਪੋਸਟਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ, ਉਹਨਾਂ ਨੇ ਫਿਰ ਪੋਸਟ ਵੀ ਪਾਈ ਸੀਗੀ, ਸਟੋਰੀਆਂ ਪਾਉਂਦੇ ਆ ਕਿ ਹੁਣ ਤਾਂ ਇਹ ਬਚ ਗਿਆ, ਜਿਹੜਾ ਵੀ ਇਹਦੇ ਨਾਲ ਸਾਥ ਦਊਂਗਾ ਅਸੀਂ ਤਾਂ ਉਹਨੂੰ ਵੀ ਨਾਲ ਹੀ ਕਹਿੰਦੇ, ਇੱਦਾਂ ਦੇ ਕੰਮ ਕਰਨਾ ਇੱਦਾਂ ਕਰਨਾ ਉਹਦੇ ਨਾਲ ਵੀ, ਉਹਨੂੰ ਵੀ ਅਸੀਂ ਮਾਰ ਹੀ ਦੇਣਾ, ਹੁਣ ਤਾਂ ਬਚ ਗਿਆ ਸੀ ਫਿਰ ਵੀ ਇਹਨੂੰ ਮਾਰਨਾ ਆ। ਇਹੋ ਜਿਹੀ ਰੰਜਿਸ਼ ਕੀ ਸੀ, ਇੱਦਾਂ ਦਾ ਮਤਲਬ ਕੀ ਸੀਗਾ? ਕੁਛ ਨਹੀਂ ਹੋਇਆ ਸੀ ਉਸ ਦਿਨ, ਬਸ ਜਿਸ ਦਿਨ ਇਹਨੇ ਮੈਨੂੰ ਲੈਣ ਆਉਣਾ ਸੀ ਬਸ ਉਸ ਦਿਨ ਵਿਆਹ 'ਤੇ ਹੀ ਗਿਆ ਸੀ, ਇੱਥੇ ਆਪਣੇ ਯਾਰ ਦੋਸਤ ਦੇ ਵਿਆਹ 'ਤੇ, ਅਤੇ ਉੱਥੇ ਲੜਾਈ ਹੋਈ ਸੀ ਇਹਦੀ ਆਪਣੇ ਯਾਰਾਂ ਦੋਸਤਾਂ ਦੇ ਨਾਲ, ਜਿਹਦਾ ਪਤਾ ਨਹੀਂ ਕੀ ਪਹਿਲਾਂ ਵੀ ਲੜਾਈ ਉਹਦੇ ਨਾਲ ਹੋਈ ਸੀ, ਗੁੱਲੀ ਹੈ ਉਹਦਾ ਨਾਂ, ਜਿਹਨਾਂ ਦੀ ਉੱਥੇ ਬੈਂਸ ਬੂੰਸ ਹੋਈ ਵੀ ਸੀ, ਕਾਫੀ ਲੜਾਈ ਮਤਲਬ ਹੋਈ ਸੀ ਉੱਥੇ, ਅਤੇ ਉਹਨਾਂ ਨੇ ਆਪਸ ਦੇ ਸਾਰਿਆਂ ਨੇ ਕਹਿ ਕੁਹ ਕੇ ਸਮਝਾ ਤਾ ਕਿ ਚਲੋ ਛੱਡੋ ਕੋਈ ਗੱਲ ਨਹੀਂ, ਇੱਧਰ ਜਿੱਥੇ ਇਹਨਾਂ ਨੇ ਇੱਕ ਦੂਜੇ ਨੂੰ ਧਮਕੀ ਵੀ ਦਿੱਤੀ ਸੀਗੀ ਕਿ ਤੇਰੇ ਤੋਂ ਜੋ ਹੁੰਦਾ ਤੂੰ ਉਹ ਕਰ ਲਾ, ਜੇ ਤੂੰ ਜਿੰਨਾ ਟਾਈਮ ਮੈਂ ਤੈਨੂੰ ਦਿੰਦਾ ਦੇ ਰਿਹਾ ਤੂੰ ਜੋ ਕਰਨਾ ਤੂੰ ਉਹ ਕਰ ਲਾ। ਕਿਹਾ ਨਾ ਇੱਕ ਪਾਸੇ ਇੰਨਾ ਪਿਆਰ ਵੀ, ਰਾਹੁਲ ਦੀ ਮੌਤ ਤੋਂ ਬਾਅਦ ਤੁਸੀਂ ਉਹਦੇ ਘਰ ਬੈਠੇ ਹੋ, ਠੀਕ ਆ, ਦੂਸਰੇ ਪਾਸੇ ਤੁਹਾਡੇ ਹੀ ਸਗੇ ਭਰਾ ਨੇ ਰਾਹੁਲ ਨੂੰ ਮਾਰ ਦਿੱਤਾ, ਇਹਦੇ ਪਿੱਛੇ ਕੋਈ ਕਾਰਨ ਮਤਲਬ ਕੋਈ ਸ਼ੱਕ ਕਰਦੇ ਸੀ ਤੁਹਾਡੇ ਜਾਂ ਰਾਹੁਲ ਤੇ? ਇੱਦਾਂ ਦਾ ਕੁਛ ਨਹੀਂ ਸੀ, ਬਸ ਇਹ ਸੀ ਕਿ ਇੱਕ ਦੂਜੇ ਨਾਲ ਪਿਆਰ ਸੀਗਾ, ਬਟ ਇੱਦਾਂ ਦਾ ਪਹਿਲਾਂ ਤਾਂ ਉਹਨੇ ਕਦੀ ਨਹੀਂ ਇੱਦਾਂ ਦਾ ਕੁਛ ਵੀ ਕੀਤਾ, ਉਸ ਦਿਨ ਹੀ ਪਤਾ ਨਹੀਂ ਕੀ ਹੋਇਆ ਕਿ ਨਹੀਂ ਹੋਇਆ, ਉਸ ਦਿਨ ਵੀ ਉਹਨਾਂ 'ਚ ਵਿਆਹ 'ਤੇ ਉਹ ਵੀ ਨਾਲ ਹੀ ਸੀਗਾ, ਉੱਥੇ ਸ਼ਰਾਬ ਸ਼ਰੂਬ ਪੀਤੀ ਹੋਈ ਸੀ ਇਹਨਾਂ ਨੇ ਸਾਰਿਆਂ ਨੇ, ਪਤਾ ਨਹੀਂ ਕੀ ਹੋਇਆ ਕਿ ਨਹੀਂ, ਇਸ ਤੋਂ ਬਾਅਦ ਮੈਨੂੰ ਕੁਛ ਨਹੀਂ ਪਤਾ। ਮੌਕੇ ਤੇ ਜਦੋਂ ਇਹ ਸਾਰਾ ਕੁਛ ਹੋ ਗਿਆ ਉਸ ਤੋਂ ਬਾਅਦ ਫਿਰ ਤੁਸੀਂ ਕੀ ਕੀਤਾ, ਕਿਸੇ ਨੂੰ ਫੋਨ ਜਾਂ ਉਹਨੂੰ? ਨਹੀਂ, ਜਿੱਦੇ ਮੈਂ ਇੰਨਾ ਸ਼ੁਕਰ ਕਰੋ ਮੇਰਾ ਸਰ ਸੀ ਉੱਥੇ, ਜਿੱਦਾਂ ਉਹਨਾਂ ਨੂੰ ਪਤਾ ਲੱਗਿਆ ਇੱਦਾਂ ਮੈਂ ਅੰਦਰ ਦੌੜੀ ਦੌੜੀ ਆਈ, ਉਹਨਾਂ ਨੇ ਐਂਬੂਲੈਂਸ ਬੁਲਾਈ, ਉਹਨਾਂ ਮੈਂ ਆਪਣੇ ਹੱਥਾਂ ਨਾਲ ਚੱਕ ਕੇ ਲੱਗ ਗਈ ਤੜਪਦੇ ਨੂੰ, ਉਹਨਾਂ ਨੇ ਨਾਲ ਹੀ ਪੁਲਿਸ ਵਾਲੇ ਨੂੰ ਬੁਲਾ ਕੇ ਰਿਪੋਰਟ ਕਰਾ ਤੀ, ਜਿੱਦਾਂ ਤੜਪਦਾ ਪਿਆ ਸੀ ਉਹ, ਮੈਂ ਇੱਥੋਂ ਨਹੀਂ ਦੇਖ ਹੋਇਆ। ਲਗਾਤਾਰ ਪੋਸਟਾਂ ਵੀ ਸਾਹਮਣੇ ਆ ਰਹੀਆਂ, ਸ਼ਰਿਆਂ ਮਾਰ ਕੇ ਦਿਨੇ ਕੋਈ ਡਰ ਨਹੀਂ ਲੱਗਦਾ ਪਿਆ ਜਾਂ ਉਹ ਨਹੀਂ, ਮਤਲਬ ਸਾਨੂੰ ਤਾਂ ਖਤਰਾ ਵੀ ਹੈ, ਸਾਡੇ ਸਿਰ ਤੇ ਕੋਈ ਨਹੀਂ ਹੈਗਾ, ਸਾਡੇ ਲਈ ਤਾਂ ਉਹੀ ਸੀਗਾ, ਨਾ ਕੋਈ ਡੈਡੀ ਨਾ ਕੋਈ ਮੰਮੀ ਕੁਛ ਵੀ ਨਹੀਂ ਹੈ, ਸਾਡੇ ਥੱਲੇ ਤਾਂ ਉਹੀ ਸਰਾਹ ਸੀਗਾ, ਉਹ ਵੀ ਚਲੇ ਗਿਆ, ਹੁਣ ਤਾਂ ਅਸੀਂ ਅੰਦਰ ਬਾਹਰ ਵੀ ਜਾਣਾ ਹੁੰਦਾ ਸਾਨੂੰ ਵੀ ਡਰ ਹੈ, ਖਤਰਾ ਵੀ ਹੈ ਕਿ ਸਾਨੂੰ ਨਾ ਕੁਛ ਕਵੇ। ਕੀ ਮੰਗ ਕਰਦੇ ਹੋ? ਅਸੀਂ ਤਾਂ ਇਹੀ ਹੈ, ਬੇਸ਼ੱਕ ਮੇਰਾ ਭਰਾ, ਮੈਂ ਉਹ ਨਹੀਂ ਕਹਿੰਦੀ, ਜਿੱਥੇ ਵੀ ਤੁਹਾਨੂੰ ਬਿਲ ਦੀ ਪੂਰੀ ਕਾਰੋਬਾਰੀ ਕੀਤੀ ਜਾਵੇ, ਜਿਹੜਾ ਜਿਹੜਾ ਨਾਲ ਸੀ ਮੈਂ ਕਹਿੰਦੀ ਸਾਰਿਆਂ ਨੂੰ ਹੀ ਫੜੋ, ਅਤੇ ਮੇਰੇ ਵੱਲੋਂ ਫਾਂਸੀ ਦੀ ਸਜ਼ਾ ਦਿੱਤੀ ਜਾਵੇ, ਮੇਰੇ ਕੋਲ ਖੜੇ ਹੋ ਕੇ ਮਾਰ ਦਿਓ, ਮੈਂ ਕੁਛ ਨਹੀਂ ਕਹੂੰਗੀ, ਬੇਸ਼ੱਕ ਮੇਰਾ ਭਰਾ ਸੀ। ਕਹਿੰਦੀ ਗੁੱਲੀ ਸੀ ਜਿਹੜਾ ਉਹਦੀ ਬੈਂਸ ਬਾਜੀ ਹੋਈ ਸੀਗੀ, ਅੱਗੇ ਮੈਨੂੰ ਪਤਾ ਨਹੀਂ ਉੱਥੇ ਕੀ ਗੱਲ ਹੋਈ ਸੀਗੀ, ਬਸ ਇੰਨਾ ਪਤਾ ਸੀ ਕਿ ਬੈਂਸ ਬਾਜੀ ਬਹੁਤ ਜ਼ਿਆਦਾ ਉੱਥੇ ਉਹਨਾਂ ਦੀ ਹੋਈ ਸੀਗੀ। ਹਾਂ, ਅਤੇ ਕਾਰੋਬਾਰੀ ਕੀਤੀ ਜਾਵੇ, ਜਿੱਥੇ ਬਹਿ ਕੇ ਕਹਿੰਦੀ ਲੱਭ ਕੇ ਲੈ ਕੇ ਆਓ, ਬੇਸ਼ੱਕ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ, ਬੇਸ਼ੱਕ ਮੇਰੇ ਬੇਟੇ ਨਾਲ ਇੱਕ ਹਾਦਸਾ ਹੋ ਗਿਆ। ਹਾਂਜੀ, ਇਹ ਤਾਂ ਹਥਿਆਰਾਂ ਨਾਲ ਸ਼ਰਿਆਮ ਉਹਨੂੰ ਵੱਢ ਜਾਂਦੇ। ਹਾਂਜੀ, ਠੀਕ ਹੈ, ਪਰ ਇੱਕ ਉਸ ਤੋਂ ਬਾਅਦ ਲਗਾਤਾਰ ਪੋਸਟਾਂ ਪਾਉਂਦੇ ਆ ਵੀ ਜੇ ਨਹੀਂ ਮਰਿਆ ਤਾਂ ਫਿਰ ਮਾਰ ਦਵਾਂਗੇ, ਫਿਰ ਮਾਰ ਦਵਾਂਗੇ, ਕੀਤੀ ਇੱਕ
ਸਰ ਕੋਈ ਨਹੀਂ ਸੀ, ਇੱਦਾਂ ਦੀ ਗੱਲ ਸੀ, ਇਹਨਾਂ ਦੀ ਉੱਥੇ ਲੜਾਈ ਵਿਆਹ ਦੇ ਵਿੱਚ ਹੀ ਹੋਈ ਹੈ, ਉੱਥੇ ਗੱਲ ਇਹਨਾਂ ਦੀ ਚੱਲੀ ਹੈਗੀ ਜੋ ਕੁਛ ਚੱਲਿਆ ਹੈਗਾ। ਤਾਂ ਉਸ ਤੋਂ ਬਾਅਦ ਨਹੀਂ ਸਾਨੂੰ ਪਤਾ ਇੱਥੇ ਕਹਿੰਦੇ ਕਿਵੇਂ ਚੱਲਿਆ ਕੋਈ ਕੰਮ, ਉਸ ਤੋਂ ਬਾਅਦ ਇਹ ਵਾਪਸ ਨਹੀਂ ਆਇਆ ਹੈਗਾ। ਇਹਨਾਂ ਨੇ ਕੁੱਤਿਆਂ ਕੱਟਿਆ ਉੱਥੇ ਇਕੱਲੇ ਨੂੰ ਦੇਖ ਕੇ, ਇਕੱਲਾ ਹੀ ਸੀ ਅਤੇ ਸਕੂਟਰੀ ਦੇ ਬੈਕ ਬੈਠੇ, ਪਿੱਛੇ ਦੇ ਆ ਕੇ ਇਹਨਾਂ ਨੂੰ ਕੁੱਟ ਮਾਰ ਕੀਤੀ ਇਹਨਾਂ ਨੂੰ। ਮੇਰੇ ਹਸਬੈਂਡ ਲੱਗਦੇ ਜਿਨ੍ਹਾਂ ਦੀ ਡੈਥ ਹੋਈ ਹੈ। ਹਾਂਜੀ, ਕੀ ਕਰਦੇ ਸੀਗੇ? ਰੇਲਵੇ ਸਟੇਸ਼ਨ ਤੇ ਕੰਮ। ਕਿੰਨੀ ਦੇਰ ਹੋਈ ਸੀ ਮੈਰਿਜ? ਮੈਰਿਜ ਨੂੰ ਤਾਂ 8-9 ਸਾਲ ਹੋ ਗਏ ਆ। ਹਾਂਜੀ, 2016 ਚ ਹੋਈ ਸੀ ਮੈਰਿਜ। ਕਿਵੇਂ ਚੱਲਦਾ ਪਰਿਵਾਰ? ਕਿਵੇਂ ਚੱਲਦਾ ਪਰਿਵਾਰ? ਬਹੁਤ ਵਧੀਆ ਚੱਲਦਾ ਸੀਗਾ। ਹਾਂਜੀ, ਤਾਂ ਉਹ ਕਮਾਣ ਵਾਲਾ ਘਰ ਚ ਕੌਣ ਕੌਣ ਆ? ਉਹੀ ਸੀ। ਹਾਂਜੀ, ਇੱਕ ਇੱਕ ਇੱਦਾਂ ਦੀ ਖਬਰ ਸਾਹਮਣੇ ਆਉਂਦੀ ਆ ਵੀ ਹਮਲਾ ਹੋ ਜਾਂਦਾ ਉੱਤੇ ਜਨ, ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੀ ਲਿਖਿਆ ਜਾਂਦਾ ਵੀ ਜੇ ਬਚ ਗਿਆ ਫੇਰ ਮਾਰ ਦਵਾਂਗੇ। ਹਾਂਜੀ, ਕੋਈ ਡਰ ਸਹਿਮ ਦਾ ਮਾਹੌਲ? ਸਰ ਮੈਨੂੰ ਕੁਛ ਨਹੀਂ ਪਤਾ ਸਰ, ਇੰਨਾ ਪਤਾ ਵੀ ਇਹ ਮੈਰਿਜ 'ਤੇ ਗਏ ਸੀਗੇ ਦੁਪਹਿਰ ਨੂੰ, ਉੱਥੇ ਇਹਨਾਂ ਦੀ ਲੜਾਈ ਹੋਈ ਸੀ ਗੁੱਲੀ ਨਾਲ। ਉਹਨਾਂ ਨੇ ਇਹਨਾਂ ਨੂੰ 2 ਘੰਟਿਆਂ ਦਾ ਟਾਈਮ ਦਿੱਤਾ ਵੀ ਹਾਂ ਤੇ ਤੂੰ ਜੋ ਹੁੰਦਾ ਤੂੰ ਕਰ ਲਾ। ਇਹ ਸ਼ਾਮ ਨੂੰ ਬਾਜ਼ਾਰ ਨੂੰ ਗਿਆ, ਉੱਥੇ ਇਹਨਾਂ ਨੇ ਹਮਲਾ ਕਰ ਦਿੱਤਾ ਉਹਨਾਂ ਤੇ। ਕਾਰਨ ਹਲੇ ਤੱਕ ਬੱਚੇ ਪਤਾ ਲੱਗਾ ਇਸ ਲੜਾਈ ਦਾ ਵੀ ਕਿਵੇਂ ਕੀ ਇੱਦਾਂ ਦਾ ਕੀ ਕਾਰਨ ਹੋ ਗਿਆ ਵੀ ਜਾਨੋ ਹੀ ਮਾਰ ਦਿੱਤਾ ਸਰ? ਇਹ ਤਾਂ ਉਹਨਾਂ ਨੂੰ ਪਤਾ ਹੋਣਾ ਜਿਨ੍ਹਾਂ ਨੇ ਮਾਰਿਆ। ਹਾਂਜੀ, ਕਿਰਨ ਕਿਰਨ ਪਹਿਲੇ ਦਿਨ ਤੋਂ ਜਿਹੜਾ ਉਹਦਾ ਭਰਾ ਵੀ ਇਹਦੇ ਵਿੱਚ ਸ਼ਾਮਿਲ ਆ, ਪਰ ਉਹ ਤੁਹਾਡੇ ਨਾਲ ਰਹਿੰਦੀ ਆ, ਮਤਲਬ ਫਿਰ ਇੰਨਾ ਪਿਆਰ ਹੁੰਦੇ ਸੁਣਦੇ ਇੱਕ ਬੰਦੇ ਨੂੰ ਮਾਰ ਦੇਣਾ? ਸਰ ਇਹ ਤਾਂ ਉਹਨਾਂ ਨੂੰ ਪਤਾ ਹੋਣਾ ਵੀ ਕੀ ਸੀਗਾ ਕੀ ਨਹੀਂ। ਹੁਣ ਕੀ ਕੀ ਮੰਗ, ਕੀ ਪੁਲਿਸ ਤੋਂ ਕੀ ਗੁਹਾਰ? ਅਸੀਂ ਤਾਂ ਇਹੀ ਚਾਹੁੰਦੇ ਵੀ ਹਾਂ ਵੀ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ, ਜਿੱਥੇ ਵੀ ਹੈ ਉਹਨਾਂ ਨੂੰ ਲੱਭ ਕੇ ਫਾਂਸੀ ਦਿੱਤੀ ਜਾਵੇ। ਫੈਮਿਲੀ 'ਚ ਕੌਣ ਕੌਣ ਹੈ? ਫੈਮਿਲੀ 'ਚ ਮੈਂ, ਮੇਰੀ ਸਾਸੂ ਮਾਂ ਅਤੇ ਗੁੜੀਆ ਅਤੇ ਨਨਾਣ ਹੈ ਉਹਦਾ ਘਰ ਵਾਲਾ ਹੈ। ਹਾਂਜੀ, ਬੱਚੀ ਸਕੂਲ ਜਾਂਦੀ? ਹਾਂਜੀ। ਸਰ ਥਾਣਾ ਮਾਨਟਾਂ ਦੇ ਅਧੀਨ ਗੌਰਮੈਂਟ ਕਾਲਜ ਸਾਹਮਣੇ ਇੱਕ ਕੱਪੜਿਆਂ ਦੇ ਸ਼ੋਰੂਮ ਦੇ ਬਾਹਰ ਇੱਕ CCTV ਦੀ ਤਸਵੀਰਾਂ ਸਾਹਮਣੇ ਆ ਰਹੀਆਂ, ਇੱਕ ਨੌਜਵਾਨ ਨੂੰ ਤੇਜ਼ ਧਾਰ ਹਥਿਆਰਾਂ ਨਾਲ ਵੱਟ ਕੇ ਮਾਰ ਦਿੱਤਾ ਜਾਂਦਾ ਹੈ। ਹਾਲ ਤੱਕ ਉਹਦੇ ਵਿੱਚ ਕੀ ਬਰੀਫਿੰਗ ਹੈ? ਜੀ 12-5-24 ਨੂੰ ਇਹ 4-5 ਮੁੰਡਿਆਂ ਵੱਲੋਂ ਸ਼ੋਰੂਮ ਦੇ ਵਿੱਚ ਜਾ ਕੇ, ਪਹਿਲਾਂ ਤਾਂ ਉਹ ਬਾਹਰ ਹੀ ਖੜਾ ਸੀ ਲੜਕਾ ਰਾਹੁਲ ਜਿਸ ਦੀ ਹੁਣ ਡੈਥ ਹੋ ਗਈ ਆ, ਅਤੇ ਉਹਦੇ ਜਾ ਕੇ ਪਹਿਲਾਂ ਤਾਂ ਬਾਹਰ ਹੀ ਸਕੂਟੀ 'ਤੇ ਵਾਰ ਕੀਤਾ ਹੈ। ਉਸ ਤੋਂ ਬਾਅਦ ਉਹ ਅੰਦਰ ਭੱਜ ਕੇ ਚਲਾ ਗਿਆ ਸ਼ੋਰੂਮ ਦੇ ਵਿੱਚ। ਸ਼ੋਰੂਮ ਦੇ ਵਿੱਚ 4 ਲੜਕੇ ਗਏ ਨੇ ਜਿਨ੍ਹਾਂ ਨੇ ਤੇਜ਼ ਧਾਰ ਹਥਿਆਰਾਂ ਨਾਲ ਉਹਦੇ 'ਤੇ ਵਾਰ ਕੀਤੇ ਨੇ। ਕਾਫੀ ਜ਼ਿਆਦਾ ਸੱਟਾਂ ਲੱਗ ਗਈਆਂ, ਹੋਸਪਿਟਲ ਲੈ ਕੇ ਗਏ, ਸਿਵਲ ਹੋਸਪਿਟਲ ਦੇ ਉੱਤੋਂ ਉੱਪਰ DMC ਦਾਖਲ ਕਰਾ ਦਿੱਤਾ ਗਿਆ, ਰੈਫਰ ਕਰ ਦਿੱਤਾ ਗਿਆ, ਅਤੇ ਜ਼ਿਆਦਾ ਚੋਟਾਂ ਹੋਣ ਕਾਰਨ ਉਸਨੂੰ PGI ਦਾਖਲ ਕਰਵਾ ਦਿੱਤਾ ਗਿਆ। PGI ਵਿੱਚ ਉਹਦੀ ਕੱਲ੍ਹ 2 ਦੇ ਕਰੀਬ ਦੁਪਹਿਰ ਨੂੰ ਮੌਤ ਹੋ ਗਈ। ਹਾਂਜੀ ਸਰ, ਸ਼ੋਰੂਮ ਦੇ ਵਿੱਚ ਇੱਕ ਲੜਕੀ ਕੰਮ ਕਰਦੀ ਹੈ, ਉਹਦੇ ਵੱਲੋਂ ਅੱਜ ਆਪਾਂ ਜਦੋਂ ਗੱਲ ਕੀਤੀ ਤਾਂ ਦੱਸਿਆ ਗਿਆ ਵੀ ਮੇਰੇ ਸਗੇ ਭਰਾ ਵੱਲੋਂ ਇਹ ਕੀਤਾ ਗਿਆ। ਹਾਂਜੀ, ਉਹਦਾ ਸਗਾ ਭਰਾ ਹੈ ਜੋ ਹੈਰੀ ਲੜਕੀ ਦਾ, ਕਿਰਨ ਲੜਕੀ ਦਾ ਨਾਂ ਹੈ, ਉਹ ਇਸ ਰਾਹੁਲ ਦੇ ਨਾਲ ਰਿਲੇਸ਼ਨਸ਼ਿਪ ਵਿੱਚ ਰਹਿੰਦੀ ਸੀ। ਵੈਸੇ ਤਾਂ ਉਹ ਵਿਆਹਿਆ ਹੋਇਆ ਵਾ ਰਾਹੁਲ, ਪਰ ਉਹ ਰਿਲੇਸ਼ਨਸ਼ਿਪ ਦੇ ਵਿੱਚ ਸਾਲ ਤੋਂ ਉਹਦੇ ਨਾਲ ਹੀ ਰਹਿ ਰਹੀ ਹੈ, ਉਹੀ ਦੁਕਾਨ 'ਤੇ ਲੈਣ ਜਾਂਦਾ ਸੀ, ਉਹੀ ਛੱਡਣ ਜਾਂਦਾ ਸੀ, ਇਸੇ ਰੰਜਿਸ਼ ਕਰਕੇ ਇਹਨਾਂ ਦਾ ਇਹ ਝਗੜਾ ਵਧਿਆ ਹੈ।
ਪਰਿਵਾਰ ਦਾ ਇੱਕ ਕਹਿਣਾ ਹੈ ਵੀ ਲਗਾਤਾਰ ਉੱਤੇ ਹਮਲਾ ਕਰ ਦਿੱਤਾ ਜਾਂਦਾ ਔਰ ਉਸ ਤੋਂ ਬਾਅਦ ਫਿਰ ਸੋਸ਼ਲ ਸਾਈਟਸ 'ਤੇ ਜਿਹੜੀਆਂ ਪੋਸਟ ਪਾਈਆਂ ਜਾਂਦੀਆਂ ਵੀ ਜੇ ਨਹੀਂ ਜੇ ਬਚ ਗਿਆ ਤਾਂ ਦੁਬਾਰਾ ਮਾਰ ਦੇਵਾਂਗੇ, ਜੇ ਕੋਈ ਮਦਦ ਕਰਨ ਆਇਆ ਤਾਂ ਉਹਨੂੰ ਵੀ ਮਾਰ ਦੇਵਾਂਗੇ, ਵੀ ਅਸੀਂ ਬਹੁਤ ਡਰੇ ਸਹਿਮੇ ਪਏ ਹਾਂ ਇਹਦੇ ਬਾਰੇ। ਨਹੀਂ ਨਹੀਂ ਇਹਦੇ ਵਿੱਚ ਡਰ ਵਾਲੀ ਕੋਈ ਗੱਲ ਨਹੀਂ ਹੈਗੀ, ਅਸੀਂ ਉਹਨਾਂ ਦੇ ਨਾਲ ਹਾਂ ਪਰਿਵਾਰ ਦੇ, ਅਸੀਂ ਛੇਤੀ ਤੋਂ ਛੇਤੀ ਬੰਦੇ ਫੜ ਕੇ ਅੰਦਰ ਦੇਵਾਂਗੇ ਅਤੇ ਰੇਡਾਂ ਕਰ ਰਹੇ ਹਾਂ, ਕੋਸ਼ਿਸ਼ ਕਰ ਰਹੇ ਜਲਦੀ ਤੋਂ ਜਲਦੀ ਗ੍ਰਿਫਤਾਰੀ ਪਈ ਹੈ। ਕਾਮਯਾਬੀ ਦੀ ਗੱਲ ਕਰੀਏ ਤਾਂ ਹਾਲ ਤੱਕ ਕੋਈ ਅਰੈਸਟ ਹੈ ਕੁਛ? ਬਸ ਨੇੜੇ ਤੇੜੇ ਪਹੁੰਚ ਗਏ ਹਾਂ, ਅਰੈਸਟਾਂ ਹੋਣ ਵਾਲੀਆਂ ਜੀ।